ਗੁਰੂਆਂ ਦੇ ਨਾਂ ਪੁੱਛ ਲਓ, ਉਹ ਨਹੀਂ ਯਾਦ, ਬਾਕੀ ਕੀ ਸਾਡਾ ਇਤਿਹਾਸ ਹੋਣਾ ਇਹਨਾਂ ਨੂੰ ਯਾਦ। ਕਹਿੰਦੇ ਜਿਵੇਂ ਅੰਗਰੇਜ਼ਾਂ ਨੂੰ ਕਹੀ ਸੀ ਉਵੇਂ ਸੁਣਾਉਂਦਾ ਹਾਂ। ਰੱਖੋ ਉਥਾਨ ਕਾ ਸੋ ਪ੍ਰਸੰਗ, ਉਹ ਸਾਰੀ ਕਥਾ ਮੈਂ ਹੁਣ ਉਥਾਨ ਕਾ ਸਹਿਤ ਦੱਸਾਂਗਾ, ਉਹ ਕਿਵੇਂ ਕਿਵੇਂ ਅੰਗਰੇਜ਼ਾਂ ਦਾ ਪਹਿਲਾਂ ਫਰਾਂਸੀਸੀ ਆਏ, ਫਿਰ ਅੰਗਰੇਜ਼ ਆਏ, ਕੰਪਨੀ ਬਣੀ ਈਸਟ ਇੰਡੀਆ ਕੰਪਨੀ। ਈਸਟ ਇੰਡੀਆ ਕੰਪਨੀ ਨੇ ਪੰਜਾਬ ਹਿੰਦੁਸਤਾਨ ਦੀਆਂ ਰਿਆਸਤਾਂ ਨੂੰ ਕਰਜ਼ਾਈ ਬਣਾਇਆ, ਉਹਨਾਂ ਨੂੰ ਕਰਜ਼ਾ ਦੇ ਕੇ ਕਰਜ਼ਾਈ ਬਣਾਇਆ। ਫਿਰ ਉਹ ਕਰਜ਼ਾ ਵਾਪਸ ਲੈਣ ਲਈ ਸੰਧੀਨਾਮੇ ਹੋਏ, ਉਹਦੇ 'ਚ ਰਿਆਸਤਾਂ ਲਿਖਾਈਆਂ ਗਈਆਂ, ਖਰੀਦੀਆਂ ਗਈਆਂ, ਖਰੀਦਦੇ 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 ਖਾਲਸਾ ਜੀ ਦਿੱਲੀ 'ਚ ਵੀ ਆ ਵੜਿਆ। ਅਤੇ ਆ ਜਿਹੜੇ ਅੱਜ ਨੇ ਨਾ ਸਾਡੇ ਇਤਿਹਾਸਕਾਰ ਟੀਵੀ 'ਤੇ ਰੋਜ਼ ਪ੍ਰੋਗਰਾਮ ਦਿੰਦੇ ਆ 26 ਜਨਵਰੀ ਅਤੇ 15 ਅਗਸਤ ਨੂੰ, ਉਹ ਪਤਾ ਕੀ ਪੇਸ਼ ਕਰਦੇ ਆ, ਅਖੇ ਸਿੱਖਾਂ ਨੇ ਗਦਾਰੀ ਕੀਤੀ ਤਾਂ ਹਿੰਦੁਸਤਾਨ ਦਾ ਰਾਜ ਸਾਥੋਂ ਖੁੱਸ ਗਿਆ। ਇਹ ਪ੍ਰਚਾਰ ਹੋ ਰਿਹਾ, ਕਿਤਾਬਾਂ 'ਚ ਵੀ ਹੋ ਰਿਹਾ, ਟੀਵੀ 'ਤੇ ਵੀ ਹੋ ਰਿਹਾ, ਕਿ ਜੇ ਸਿੱਖ 57 ਦੇ ਗਦਰ 'ਚ ਅੰਗਰੇਜ਼ਾਂ ਦਾ ਸਾਥ ਨਾ ਦਿੰਦੇ ਤਾਂ ਗਦਰ ਸਫਲ ਹੋ ਜਾਣਾ ਸੀ। ਪਰ ਸਾਧ ਸਿੰਘ ਜੀ 57 ਤੋਂ 8 ਸਾਲ ਪਹਿਲਾਂ 49 ਦੇ ਵਿੱਚ 1849 'ਚ ਪੰਜਾਬ 'ਤੇ ਜਦੋਂ ਅੰਗਰੇਜ਼ਾਂ ਨੇ ਹਮਲਾ ਕੀਤਾ ਸੀ, ਉਦੋਂ ਅੰਗਰੇਜ਼ਾਂ ਕੋਲ ਫੌਜ ਕਿਹੜੀ ਸੀ? ਆ ਸਾਰੇ ਪੂਰਬੀਏ ਨਾਲ ਆਏ ਸੀ ਬਿਹਾਰੀ, ਆ ਸਾਰੇ ਮੁਸਲਮਾਨ ਜਫਰ ਦੇ ਸਾਰੇ ਨਾਲ ਆਏ ਸੀ ਖਾਲਸੇ ਨੂੰ ਮਾਰਨ ਲਈ। ਥੋੜ੍ਹੇ ਜਿਹੇ ਸਿੰਘਾਂ ਨੇ ਅੰਗਰੇਜ਼ ਦੇ ਦੰਦ ਖੱਟੇ ਕੀਤੇ ਸੀ ਮੁਦਕੀ ਦੇ ਮੈਦਾਨ 'ਚ, ਬਾਬਾ ਹਨੂੰਮਾਨ ਸਿੰਘ ਵਰਗੇ ਯੋਧਿਆਂ ਨੇ, ਸ਼ਾਮ ਸਿੰਘ ਅਟਾਰੀ ਵਰਗਿਆਂ ਨੇ, ਸ਼ਾਹ ਮੁਹੰਮਦਾ ਸਿੰਘਾਂ ਨੇ ਗੋਰਿਆਂ ਦੇ ਵਾਂਗ ਨਿੰਬੂਆਂ ਲਹੂ ਨਿਚੋੜ, ਉਦੋਂ ਤੇਗ ਚੱਲੀ ਸੀ। ਪਰ ਗਦਾਰ ਇਹ ਨਿਕਲੇ ਸਾਡੇ ਅਤੇ ਸਾਨੂੰ ਹਰਾ ਕੇ ਪੰਜਾਬ ਨੂੰ ਖਤਮ ਕਰਕੇ ਅਤੇ ਆਪ ਇਹ ਚਾਹੁੰਦੇ ਵੀ ਦਿੱਲੀ 'ਚ ਰਾਜ ਕਰੀਏ। ਅਤੇ ਰਾਜ ਇਹਨਾਂ ਨੇ ਕੀ ਕਰਨਾ ਸੀ? ਅਤੇ ਵੇਚ ਬੈਠੇ ਸੀ ਸਾਰੇ, ਲਿਖ ਕੇ ਦੇ ਬੈਠੇ ਅੰਗਰੇਜ਼ਾਂ ਨੇ। ਬਹਾਦਰ ਸ਼ਾਹ ਜਫਰ ਵਰਗਿਆਂ ਦੇ ਸਹਿਣ ਹੋਏ ਮਿਲਦੇ, ਵੇਚਿਆ ਹਿੰਦੁਸਤਾਨ। ਝਾਂਸੀ ਰਾਣੀ 10 ਲੱਖ 'ਤੇ ਰਿਆਸਤ ਵੇਚੀ, 10 ਲੱਖ 'ਤੇ ਰਿਆਸਤ ਵੇਚੀ, 8 ਲੱਖ ਲੈ ਲਿਆ, 2 ਲੱਖ ਰਹਿੰਦਾ ਸੀਗਾ। ਉਹਦੀ ਚਿੱਠੀਆਂ ਪਈਆਂ ਨੇ, ਡਾਕਟਰ ਗੰਡਾ ਸਿੰਘ ਨੇ ਕੱਢ ਕੱਢ ਕੇ ਸਾਹਮਣੇ ਚਿੱਠੀਆਂ ਦੱਸੀਆਂ। ਜਦੋਂ ਸੰਨ 57 'ਚ 100 ਸਾਲਾਂ ਮਨਾਇਆ ਨਾ, 100 ਸਾਲਾਂ ਮਨਾਇਆ ਗਦਰ ਦਾ 1957, ਡਾਕਟਰ ਗੰਡਾ ਸਿੰਘ ਜੀ ਪਟਿਆਲੇ ਦੇ ਸੀ, ਯੂਨੀਵਰਸਿਟੀ ਪਟਿਆਲਾ ਦੇ ਇਤਿਹਾਸਕਾਰ, ਉੱਥੇ ਬੈਠੇ, ਪ੍ਰਧਾਨਗੀ ਉਹਨਾਂ ਦੀ ਸੀ। ਉੱਥੇ ਜਦੋਂ ਇਹਨਾਂ ਨੇ ਆਖਿਆ ਨਾ ਵੀ ਸਿੱਖ ਗਦਾਰ ਨਿਕਲੇ ਨੇ 57 ਦੇ ਗਦਰ 'ਚ, ਤਾਂ ਅਸੀਂ ਗੁਲਾਮ ਹੋਏ ਹਾਂ, ਡਾਕਟਰ ਗੰਡਾ ਸਿੰਘ ਨੇ ਪਹਿਲਾਂ ਪ੍ਰਧਾਨਗੀ ਤੋਂ ਰਿਜਾਇਨ ਦਿੱਤਾ, ਫਿਰ 2.5 ਘੰਟੇ ਦਾ ਲੈਕਚਰ ਦਿੱਤਾ, ਕਿਤਾਬਾਂ ਚਿੱਠੀਆਂ ਕੱਢ ਕੱਢ ਕੇ ਰੱਖੀਆਂ। ਵੇਖੋ ਤੁਸੀਂ ਜਿਹੜੀ ਝਾਂਸੀ ਵਾਲੀ ਨੂੰ ਕਹਿੰਦੇ ਹੋ, ਉਹ ਤਾਂ ਮੁਲਕ ਵੇਚ ਕੇ 2 ਲੱਖ ਰੁਪਈਆ ਜਦੋਂ ਰਹਿ ਗਿਆ ਉਹਦੇ ਪਿੱਛੇ ਲੜ ਕੇ ਘੋੜੇ ਤੋਂ ਡਿੱਗ ਕੇ ਮਰ ਗਈ, ਤੇ ਤੁਸੀਂ ਕਹਿੰਦੇ ਹੋ ਸ਼ਹੀਦ ਹੈ? ਬਹਾਦਰ ਸ਼ਾਹ ਜਫਰ ਲਿਖ ਕੇ ਦੇ ਇਕੱਠਾ ਸਾਰਾ ਕੁਝ, ਤੇ ਫਿਰ ਕਹਿੰਦਾ ਮੈਂ ਕੁਰਬਾਨੀ ਕਰਨੀ, ਕਾਹਦੀ ਕੁਰਬਾਨੀ ਹੈ? ਇਹ ਸਾਰਾ ਝੂਠ ਦਾ ਇਤਿਹਾਸ ਸੁਣਾ ਰਹੇ ਖਾਲਸੇ ਨੂੰ, ਤੇ ਸਾਡੇ ਇਤਿਹਾਸ ਨੂੰ ਅੱਗੇ ਨਹੀਂ ਆਉਣ ਦਿੰਦੇ ਜਿਹੜਾ ਸੱਚ ਹੀ ਸੱਚ ਹੈ। ਤੇ ਆਹ ਦੇਖੋ ਹੁਣ ਉਹ ਕਹਿੰਦੇ ਕਿਵੇਂ ਅੰਗਰੇਜ਼ ਬੜੇ, ਕਿਵੇਂ ਫਰਾਂਸੀਸੀ ਆਏ, ਕਿਵੇਂ ਅੰਗਰੇਜ਼ਾਂ ਨੇ ਕਬਜ਼ਾ ਕੀਤਾ ਇਹਨਾਂ ਦੇ ਉੱਤੇ, ਮੁਲਕ ਇਹਨਾਂ ਕੋਲੋਂ ਖਰੀਦਿਆ, ਫਿਰ ਇਹਨਾਂ ਨੂੰ ਕਰਜ਼ਾਈ ਬਣਾ ਕੇ ਦੱਬ ਕੇ ਫਿਰ ਉਹਨਾਂ ਨੇ ਪੰਜਾਬ ਵੱਲ ਝਾਤੀ ਮਾਰੀ। ਤੇ ਸ਼ਾਹ ਆਲਮ ਨੂੰ ਪੁੱਛਦੇ ਹੈ ਵੀ ਇਹ ਕੌਣ ਨੇ ਪੰਜਾਬ ਦੇ ਵਿੱਚ? ਉਹ ਸ਼ਾਹ ਆਲਮ ਕਹਿੰਦਾ ਇਹ ਤੇ ਜਰੈਮ ਪੇਸ਼ਾ ਨੇ, ਸਿੱਖ ਡਾਕੂ ਨੇ। ਹੁਣ ਜਿਹੜਾ ਸਾਨੂੰ ਡਾਕੂ ਦੱਸੇਗਾ ਅਸੀਂ ਉਹਦੇ ਨਾਲ ਕਿਵੇਂ ਰਲੀਏ ਬਾਈ? ਜਿਹੜੇ ਨੇ ਸਾਡੇ ਗੁਰੂ ਨੂੰ 33 ਤਵੀ ਤੇ ਬਿਠਾਇਆ ਸੀ ਉਹਦੇ ਨਾਲ ਕਿਵੇਂ ਰਲੀਏ? ਜਿਹੜਾ ਸਾਡੇ ਗੁਰੂ ਦੇ ਸਾਹਿਬਜ਼ਾਦੇ ਨੂੰ ਨੀਹਾਂ 'ਚ ਚਿਣਦਾ ਸੀ ਉਹਦੇ ਨਾਲ ਕਿਵੇਂ ਰਲੀਏ? ਜਿਹੜਾ ਸਾਡੇ ਗੁਰੂ ਨੂੰ ਚਾਂਦਨੀ ਚੌਂਕ ਸ਼ਹੀਦ ਕਰਦਾ ਉਹਨੂੰ ਕਿਵੇਂ ਸੀ ਉਹਦੇ ਨਾਲ ਕਿਵੇਂ ਰਲੀਏ? ਹੁਣ ਖਾਲਸਾ ਤਾਂ ਨਿਆਰਾ ਹੈ, ਉਹਨ ਹਿੰਦੂ ਤੁਰਕਨ ਤੇ ਨਿਆਰਾ, ਰਚਿਓ ਖਾਲਸਾ ਪੰਥ ਕਰਾਰਾ, ਮਹਾਂ ਤੇਜ ਸੀ ਦੰਗੇ ਬਾਜ, ਲੜਨ ਮਰਨ ਤੇ ਕਰੈ ਨਾ ਲਾਜ। ਇਹੋ ਜਿਹਾ ਪੰਥ ਮਹਾਰਾਜ ਸਾਹਿਬ ਜੀ ਨੇ ਸਾਜਿਆ। ਰਤਨ ਸਿੰਘ ਨੇ ਜਵਾਬ ਦਿੱਤੇ ਅੰਗਰੇਜ਼ਾਂ ਨੂੰ ਠੋਕ ਠੋਕ ਕੇ, ਅੱਜ ਵੀ ਇੰਗਲੈਂਡ ਦੀ ਲਾਇਬ੍ਰੇਰੀ 'ਚ ਪਏ ਅੰਗਰੇਜ਼ੀ 'ਚ ਲਿਖੇ ਹੋਏ ਵੀ ਖਾਲਸਾ ਕੀ ਹੈ। ਫਿਰ ਸਾਧ ਸਿੰਘ ਜੀ ਇਹਨੂੰ ਪੜ੍ਹ ਕੇ ਹੁਣ ਪਤਾ ਲੱਗੂ ਤੁਹਾਨੂੰ ਵੀ ਸਾਡੇ ਵੱਡੇ ਕਿੱਦਾਂ ਦੀ ਘਾਲਣਾ ਘਾਲਦੇ ਰਹੇ ਹੈ। ਸਮਾਂ ਬਹੁਤ ਹੋ ਚੁੱਕਾ ਹੈ। ਸ੍ਰੀਮਾਨ ਸੰਤ ਬਾਬਾ ਜੋਗਾ ਸਿੰਘ ਜੀ ਕਰਨਾਲ ਵਾਲੇ ਮਹਾਂਪੁਰਸ਼ ਵੀ ਬੈਠੇ ਹੈ ਅਤੇ ਆਪਾਂ ਦਾਸ ਇੱਥੇ ਹੀ ਮੈਂ ਕਹਿੰਦਾ ਕਿ